ਜਿਹੜਾ ਇਹਦਾ ਐਕਟ ਕਹਿੰਦਾ ਦ ਸਟੇਟ ਇਨਫੋਰਮੇਸ਼ਨ ਕਮਿਸ਼ਨਰ ਐਂਡ ਦ ਸਟੇਟ ਇਨਫੋਰਮੇਸ਼ਨ ਕਮਿਸ਼ਨਰ ਸ਼ੈਲ ਬੀ ਅਪੁਆਇੰਟਡ ਬਾਈ ਦ ਗਵਰਨਰ ਔਨ ਦ ਰਿਕਮੈਂਡੇਸ਼ਨ ਆਫ ਅ ਕਮੇਟੀ ਕੰਸਿਸਟਿੰਗ ਆਫ ਦ ਚੀਫ ਮਿਨਿਸਟਰ ਹੂ ਸ਼ੈਲ ਬੀ ਦ ਚੇਅਰਪਰਸਨ ਆਫ ਦ ਕਮੇਟੀ ਦ ਲੀਡਰ ਆਫ ਆਪੋਜੀਸ਼ਨ ਇਨ ਦ ਲੈਜਿਸਲੇਟਿਵ ਅਸੈਂਬਲੀ ਐਂਡ ਏ ਕੈਬਨਿਟ ਮਿਨਿਸਟਰ ਔਰ ਸੋਰੀ ਐਂਡ ਏ ਕੈਬਨਿਟ ਮਿਨਿਸਟਰ ਟੂ ਬੀ ਨੋਮੀਨੇਟਿਡ ਬਾਈ ਦ ਚੀਫ ਮਿਨਿਸਟਰ ਸੋ ਨਾ ਹੀ ਇਹ ਪ੍ਰੋਸੈਸ ਫੋਲੋ ਕੀਤਾ ਗਿਆ ਨਾ ਕੋਈ ਸਾਡੀ ਮੀਟਿੰਗ ਕੀਤੀ ਗਈ ਨਾ ਮੈਨੂੰ ਪਤਾ ਕਿ ਉਹਦੇ 'ਚ ਆਰ ਟੀ ਆਈ ਕਮਿਸ਼ਨਰ ਵਿੱਚ ਕਿਹੜੇ ਮਿਨਿਸਟਰ ਨੇ ਕਨਕਰੈਂਸ ਦਿੱਤੀ ਆ ਜੇ ਸਪੀਕਰ ਨੇ ਨਹੀਂ ਦਿੱਤੀ ਤਾਂ ਕਿਹਨੇ ਦਿੱਤੀ ਹੈਗੀ ਹੈ ਸੋ ਇਹ ਸਾਰਾ ਜਿਹੜਾ ਹੈ ਇਹ ਇੱਕ ਵਾਰ ਫਿਰ ਫਿਊਡਲਿਜ਼ਮ ਦਾ ਸਬੂਤ ਦਿੰਦਾ ਵਾ ਰਜਵਾੜੇਸ਼ਾਹੀ ਦਾ ਸਬੂਤ ਦਿੰਦਾ ਵਾ ਜਿਹੜਾ ਕਿ ਬਹੁਤ ਦੁਖਦਾਈ ਹਾਈਲੀ ਕੰਡੈਮਨੇਬਲ ਐਂਡ ਆਈ ਡਿਮਾਂਡ ਕੰਪਲੀਟ ਟ੍ਰਾਂਸਪੇਰੈਂਸੀ ਐਂਡ ਕੰਪਲੀਟ you know accountable process and rules and procedures shall be followed only then I will give my concurrence to the said appointment sarkar di karaj shaili te bahut vaddi chapet mari hai high court ne ek var fir aur jis tang de naal ek ta pehla hi already apne kol indi top heavy bureaucracy available hai gi ya mera khayal je main galat na hova ta chief secretary scale de apne kol punjab de kol एट एनी पॉइंट ऑफ टाइम लास्ट साल डेढ़ साल चार तो पांच अफसर होंगे तो जे वो चीफ सैकटरी स्केल के अफसर तुम एडवाइज नहीं कर सकते तुहाडी सरकार चलाने अयोग ने तो तुसी बाहरों होर बंदे लिया के उन्होंने जो तुसी अपॉइंट करोगे तो वो दे वर बाउंड टू बी क्वॉश इट्स अ मेजर एम्बैरेसमेंट फॉर द गवर्नमेंट एंड आई थिंक के अमरिंदर सिंह शुड स्टार्ट गेटिंग आउट ऑफ दिस फ्यूडल कल्चर जिहड़ा ये उन्होंने अपना ਜਦੋਂ ਕਹਿੰਦੇ ਕਿ ਕਾਨੂੰਨ ਨੂੰ ਤੋੜ ਕੇ ਉਹਨਾਂ ਨੇ ਆਪਣੇ ਸਿਕਿਉਰਿਟੀ ਦਾ ਵੀ ਇੰਚਾਰਜ ਜਿਹੜਾ ਲਾਇਆ ਉਹ ਵੀ ਇੱਕ ਰਿਟਾਇਰਡ ਪੁਲਿਸ ਆਫਿਸਰ ਹੈ ਜੇ ਨਾਲੇ ਆਪਾਂ ਕਹਿੰਦੇ ਕਿ 58 ਸਾਲ ਤੋਂ ਬਾਅਦ ਬੰਦੇ ਦੀ ਕੈਪੇਬਿਲਿਟੀ ਘਟਣ ਲੱਗ ਜਾਂਦੀ ਆ ਉਹ ਅਨਫਿਟ ਹੋ ਜਾਂਦੇ ਨੇ ਅਤੇ ਅਮਰਿੰਦਰ ਸਿੰਘ ਦੇ ਮੁਤਾਬਕ ਉਹ ਰਿਟਾਇਰ ਹੋਣ ਤੋਂ ਬਾਅਦ ਜ਼ਿਆਦਾ ਫਿੱਟ ਹੋ ਜਾਂਦੇ ਨੇ ਸੋ ਦਿਸ ਇਜ਼ ਅ ਰੋਂਗ ਕ੍ਰਾਈਟੇਰੀਆ ਅਡੋਪਟਿਡ ਔਰ ਮੈਂ ਸਮਝਦਾ ਕਿ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਐਡਵਾਈਜ਼ਰਾਂ ਦੀ ਅਤੇ ਓ ਐੱਸ ਡੀਆਂ ਦੀ ਫੌਜ ਆ ਉਹਦੇ 'ਤੇ ਵੀ ਨਜ਼ਰਸਾਨੀ ਕਰਨੀ ਚਾਹੀਦੀ ਹੈ ਇਹ ਤੋਂ ਪਹਿਲਾਂ ਕਿ ਕੋਈ ਹੋਰ ਜਾਵੇ ਹਾਈ ਕੋਰਟ ਅਤੇ ਲੋਕਾਂ ਦਾ ਜ਼ੋਰ ਲਵਾਵੋ ਤੁਸੀਂ ਜਦ ਹਾਈ ਕੋਰਟ ਨੇ ਚੀਫ ਪ੍ਰਿੰਸੀਪਲ ਸੈਕਟਰੀ ਦੀ ਅਪੁਆਇੰਟਮੈਂਟ ਰੱਦ ਕਰ ਦਿੱਤੀ ਹੈ ਜਿਹੜੀ ਕਿ ਤੁਹਾਡੀ ਸਭ ਤੋਂ ਟੌਪ ਦੀ ਪੋਜੀਸ਼ਨ ਸੀ ਪੰਜਾਬ ਸਰਕਾਰ ਦੀ ਦੈਟ ਮੀਨਸ ਇਟ ਕਾਲਸ ਫੋਰ ਏ ਰਿਵਿਊ ਆਫ ਦਾ ਮੈਨੀ ਅਨਵਾਂਟਿਡ ਅਪੁਆਇੰਟਮੈਂਟਸ ਆਫ ਐਡਵਾਈਜ਼ਰਸ ਐਂਡ ਓ ਐੱਸ ਡੀ ਓ ਔਰ ਇਸ ਤਰ੍ਹਾਂ ਕਰਨ ਦੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਬੋਝ ਦਾ ਵੀ ਫਰਕ ਪਵੇਗਾ ਘਟੇਗਾ।